ਤੇ ਸਿਰ ਤੇ ਲੱਖ ਮੁਸੀਬਤਾਂ ਜਲੀਆਂ ਨੇ, ਉਹਨਾਂ ਆਪਣੇ ਦੀਵੇ ਬੁਝਾ ਕੇ ਤੇ ਦੇਸ਼ ਵਿੱਚ ਦੀਵਾਲੀਆਂ ਬਾਲੀਆਂ ਨੇ। ਮਾਤਾ ਪਿਤਾ ਤੇ ਸ਼ਹੀਦ ਹੋ ਗਏ, ਮਾਤਾ ਪਿਤਾ ਤੇ ਪੁੱਤਰ ਸ਼ਹੀਦ ਹੋ ਗਏ, ਇਹ ਉਹਦੇ ਅਜੇਰੀ ਤੇ ਲਾਲੀਆਂ ਨੇ, ਉਹਦੇ ਅਜੇਰੀ ਤੇ ਲਾਲੀਆਂ ਨੇ। ਚੌਵਰ ਤਖਤ ਦੇ ਮਾਲਕ ਸਤਿਗੁਰੂ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਸਭਾਇਮਾਨ ਸਰਬੱਤ ਮਾਈ ਭਾਈ ਖਾਲਸਾ ਜੀ, ਸਭ ਤੋਂ ਪਹਿਲਾਂ ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸਾਹਿਬ ਜੀ ਦੀ ਬਖਸ਼ਿਸ਼ ਹੋਈ ਹੈ, ਆਪ ਜੀ ਦੇ ਦਰਸ਼ਨ ਪ੍ਰਾਪਤ ਹੋਏ ਆ। ਖਾਲਸਾ ਜੀ, ਆਪ ਜਾਣਦੇ ਹੋ ਠੰਡ ਦਾ ਮੌਸਮ ਆ, ਬਹੁਤ ਠੰਡ ਲੱਗਦੀ ਹੈ, ਪਰ ਕਿਤੇ ਮਾਤਾ ਗੁਜਰ ਕੌਰ ਨੂੰ ਪੁੱਛ ਕੇ ਵੇਖੋ, ਉਹਨਾਂ ਕੋਲ ਕੰਬਲ ਰਜਾਈਆਂ ਤੇ ਆ ਕੋਈ ਬਸਤਰ ਨਹੀਂ ਸਨ। ਛੋਟੇ ਸਾਹਿਬਜ਼ਾਦਿਆਂ ਦੇ ਕੋਲ ਇੱਕ ਮਾਤਾ ਗੁਜਰ ਕੌਰ ਸੀ, ਜਿਨ੍ਹਾਂ ਦਾ ਸਦਕਾ ਉਹਨਾਂ ਨੇ ਸਾਡੇ ਵਾਸਤੇ ਸ਼ਹੀਦੀਆਂ ਪ੍ਰਾਪਤ ਕੀਤੀਆਂ। ਖਾਲਸਾ ਜੀ ਕਹਿਣ ਵਾਸਤੇ ਬਹੁਤ ਆ, ਪਰ ਜੇ ਆਪਾਂ ਵੇਖਿਆ ਜਾਵੇ ਤੇ ਧਾਰਨ ਕਰਨ ਵਾਸਤੇ ਕੁਝ ਥੋੜੇ ਜਨ ਹੁੰਦੇ ਨੇ। ਧੰਨ 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 ਜਨ ਆਇਆ ਜੇ ਪ੍ਰਸਾਦ ਸਭ ਜਗ ਜਗਰਾਇਆ, ਧੰਨ ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਜਿਨ੍ਹਾਂ ਦੇ ਕਾਰਨਾਂ ਕਰਕੇ ਆ ਜਗਤ ਤਰ ਗਿਆ। ਖਾਲਸਾ ਜੀ, ਅੱਜ ਆਪ ਜੀ ਦੇ ਕੋਲ ਕਲਗੀਧਰ ਪਾਤਸ਼ਾਹ ਦੀ ਛੋਟੇ ਸਾਹਿਬਜ਼ਾਦਿਆਂ ਦੀ ਇੱਕ ਕਵਿਤਾ ਨਵੀਂ ਲਿਖੀ ਆ, ਰੁਕਾਵਟ ਹੋ ਚੁੱਕੀ ਆ, ਉਹ ਥੋੜੇ ਦਿਨਾਂ ਤੱਕ ਤੁਹਾਡੇ ਕੋਲ ਪਹੁੰਚਣ ਵਾਲੀ ਆ। ਮਾਤਾ ਗੁਜਰ ਕੌਰ ਆਪਣੇ ਛੋਟੇ ਸਾਹਿਬਜ਼ਾਦੇ ਕਲਗੀਧਰ ਪਾਤਸ਼ਾਹ ਦੇ ਛੋਟੇ ਪੁੱਤਰਾਂ ਨੂੰ ਠੰਡੇ ਬੁਰਜ ਵਿੱਚ ਜਿਵੇਂ ਸਿੱਖਿਆ ਦਿੰਦੇ ਆ, ਸ਼ਹੀਦੀ ਪਾਉਣ ਵਾਸਤੇ ਦ੍ਰਿੜਤਾ ਕਾਇਮ ਕਰਵਾਉਂਦੇ ਆ, ਉਸ ਦਾ ਵਾਤਾਵਰਣ ਦਮਦਮੀ ਟਕਸਾਲ ਦੇ ਵਿਦਿਆਰਥੀਆਂ ਪਾਸੋਂ ਖਾਲਸਾ ਜੀ ਇਵੇਂ ਬਿਆਨ ਕੀਤਾ ਜਾਂਦਾ ਹੈ। ਛੋਟੀ ਉਮਰੇ ਸਿਰ ਦੇ ਪੁੱਤਰੋ ਮਾਮਲੇ ਪੈ ਗਏ ਭਾਰੇ, ਸੂਬੇ ਦੀ ਤੁਸੀਂ ਵਿੱਚ ਕਚਹਿਰੀ ਜਾਣੇ ਦੇ ਤਾਰੇ, ਉੱਚੀ ਉੱਚੀ ਕੂਕ ਕੂਕ ਕੇ ਸੂਬੇ ਨੇ ਧਮਕਾਉਣਾ, ਬਾਬੇ ਵਾਲੀ ਪੱਗ ਚੁੱਟੀ ਦਾ ਦੂਣਾ ਮਾਨ ਵਧਾਉਣਾ, ਹਸ ਸ਼ਹਾਦਤ ਪਾ ਗਏ ਲੜ ਲੜ ਬਲਦੀ ਅੱਗ ਤਵੀ ਦੇ ਤਨ ਧਰਮ ਦੇ ਲੇਖੇ ਲਾ ਗਏ, ਚੰਦੂ ਜੀ ਉਹਨਾਂ ਇੱਕ ਨਾ ਮੰਨੀ ਸਮਝੀ ਮੌਤ ਕਢਾਉਣਾ, ਬਾਬੇ ਵਾਲੀ ਪੱਗ ਚਿੱਟੀ ਦਾ ਦੂਣਾ ਮਾਨ ਵਧਾਉਣਾ, ਦਿੱਲੀ ਚੌਂਕ ਚਾਂਦਨੀ ਅੰਦਰ ਬਾਬੇ ਸੀਸ ਕਟਾਇਆ, ਹਿੰਦੂ ਧਰਮ ਬਚਾਵਣ ਖਾਤਰ ਆਪਣਾ ਆਪ ਲੁਟਾਇਆ, ਰੰਗ ਰੇੜੇ ਦੇ ਨਕਲੀ ਸ਼ਾਦਾ ਜਸ ਦੁਨੀਆ ਨੇ ਗਾਉਣਾ, ਬਾਬੇ ਵਾਲੀ ਪੱਗ ਚਿੱਟੀ ਦਾ ਦੂਣਾ ਮਾਨ ਵਧਾਉਣਾ, 26 ਸਾਲ ਤੇ 9 ਮਹੀਨੇ
दिन तेरा भगती की नाम जपया दादा जी ने जो सुखी दी रीति मौत के लड़दा जावे पटरो मन देवे वेले आउना बापे वाली पग चिटी दा वसन दे रही मैं देऊंगा प्यार देना पत्याउना बापे वाली पग चिटी दा दूना मान दाउना ओ महीना ठंडे पुरख विच निग गोदी दा माणो कंबल तेर जाइया जो देओ दादी जी नू जानो सचखंड विच ना सर्दी लगनी ना गर्मी ने आउना बापे वाली पग चिटी दा दूना मान विदाउना दुनिया एते मतलब खोरी दुनिया एते मतलब खोरी कोई नहीं किसे दा बेली फिर दसिया थाने रात चुरा के थली रूड़े बुरिए सिंह चंदनू चरना दे ना गलाउना बापे वाली पग चिटी दा दूना मान विदाउना बापे वाली पग चिटी दा दूना मान विदाउना वाहिगुरु जी का खालसा वाहिगुरु गुरु रूप खालसा साध संगत जी कंबल ते रजाइयां जो दियो दादी जी नूं जाणो अज तुहाडे कोल कोई कंबल नहीं कोई रजाई नहीं दे दियो मेरे पुत्रो मेरे लालो अज कंबल ते रजाइयां मैनूं जाणो खालसा जी कह देना बहुत सौखा है पर बीती जो बाबा जोरावर सिंह ते बाबा फतेह सिंह दी ओ ही जानदे आ जां माता गुजर कौर जानदे आ जो उन्हां ते गुजरी खालसा जी उन्हां दी प्रेरणा दे नाल आ दमदमी टकसाल दे विद्यार्थी तुहाडे सामने स्टेज ते खालसा जी उपवीशनियां बोल रहे आ ए तुहाडी कृपा है खालसा जी एक उपवीशनी जथा नहीं पर खालसा जी उदम बख्शिया कलम बख्शिया कलगीधर पातशाह ने ये कलम बचपन तो ही चल रही है पर खालसा जी हुण उदम बख्शिया महापुरखां दी कृपा दे नाल भाई हरचंद सिंह जिहड़ियां कविता ये तुहानू बोलणियां चाहीदियां जरूर अगे आउणा चाहीदा संत बाबा हरनाम सिंह जी दमदमी टकसाल दे मौजूदा मुखी ਉਹਨਾਂ ਵੱਲੋਂ ਬੜਾ ਪ੍ਰੇਮ ਦਿੱਤਾ ਜਾਂਦਾ ਹੈ ਪਰ ਖਾਲਸਾ ਜੀ ਖਿਆਲ ਕਰਿਓ ਜੋ ਪਿਆਰ ਬਾਬਾ ਠਾਕੁਰ ਸਿੰਘ ਜੀ ਹੁਣਾਂ ਨੇ ਸਾਨੂੰ ਬਖਸ਼ਿਆ ਉਹੀ ਪਿਆਰ ਖਾਲਸਾ ਜੀ ਜਿਹੜਾ ਹੈ ਮਹਾਂਪੁਰਖਾਂ ਨੇ ਪ੍ਰਾਪਤ ਕੀਤਾ ਹੈ ਮੈਨੂੰ ਦੱਸਿਆ ਗਿਆ ਕਿ ਬਾਬਾ ਠਾਕੁਰ ਸਿੰਘ ਹੁਣਾਂ ਵੱਲੋਂ ਇਹ ਅਮਰੀਕਾ ਦੇ ਵਿੱਚ ਬਚਨ ਹੋਇਆ ਸੀ ਕਿ ਭਾਈ ਹਰਨਾਮ ਸਿੰਘ ਜੀ ਦਮਦਮੀ ਟਕਸਾਲ ਜੀ ਤੁਹਾਨੂੰ ਸੇਵਾ ਪ੍ਰਾਪਤ ਹੋਣੀ ਹੈ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਕਰਿਓ ਖਾਲਸਾ ਜੀ ਉਹਨਾਂ ਦੇ ਬਚਨ ਜੋ ਮਹਾਂਪੁਰਖਾਂ ਦੇ ਬਚਨ ਜੋ ਮਹਾਂਪੁਰਖਾਂ ਦੇ ਬਚਨ ਹਨ ਖਾਲਸਾ ਜੀ ਮਹਾਂਪੁਰਖਾਂ ਦਾ ਜੀਵਨ ਸੰਤ ਬਾਬਾ ਠਾਕੁਰ ਸਿੰਘ ਜੀ ਹੁਣਾਂ ਦਾ ਜੀਵਨ ਜੋ ਸੀਗਾ ਉਹਨਾਂ ਨੇ ਪ੍ਰਚਾਰ ਬੋਲ ਕੇ ਨਹੀਂ ਕੀਤਾ ਉਹਨਾਂ ਦਾ ਦਰਸ਼ਨ ਕਰਨ ਦੇ ਨਾਲ ਖਾਲਸਾ ਜੀ ਪ੍ਰਚਾਰ ਸੀਗਾ ਜਿਨ੍ਹਾਂ ਦੇ ਸੰਗੜਿਆਂ ਦੁਰਮਤ ਮੰਜਿਆ ਮਿੱਤਰ ਸਾਡੇ ਸਹੀ ਸਾਡੇ ਮਿੱਤਰ ਉਹ ਆ ਜਿਨ੍ਹਾਂ ਦੇ ਦਰਸ਼ਨ ਕਰਨ ਦੇ ਨਾਲ ਮਨੁੱਖ ਦਾ ਜੀਵਨ ਬਦਲ ਜਾਂਦਾ ਹੈ ਖਾਲਸਾ ਜੀ ਬਾਬਾ ਠਾਕੁਰ ਸਿੰਘ ਜੀ ਹੁਣਾਂ ਦੇ ਦਰਸ਼ਨ ਕਰਨ ਦੇ ਨਾਲ ਜਿਹੜੇ ਜਿਹੜੇ ਵੀ ਮਨੁੱਖ ਕੋਨੇ ਮੋਨੇ ਸਨ ਉਹ ਗੁਰੂ ਵਾਲੇ ਬਣ ਗਏ ਜਿਨ੍ਹਾਂ ਨੇ ਦਰਸ਼ਨ ਪ੍ਰਾਪਤ ਕੀਤਾ ਹੈ
ਖਾਲਸਾ ਜੀ ਉਹਨਾਂ ਦੀ ਕਵਿਤਾ ਥੋੜੇ ਦਿਨਾਂ ਤੋਂ ਆਪ ਜੀ ਸ਼ਰਵਣ ਕਰ ਰਹੇ ਹੋ ਯੂਟਿਊਬ ਤੇ ਉਹ ਕਵਿਤਾ ਤੁਹਾਡੇ ਸਾਹਮਣੇ ਫਰਮਾਇਸ਼ ਕੀਤੀ ਗਈ ਹੈ ਕਿ ਦੁਬਾਰਾ ਫਿਰ ਬੋਲੀ ਜਾਵੇ। ਖਾਲਸਾ ਜੀ ਮਹਾਂਪੁਰਖਾਂ ਦਾ ਜੀਵਨ ਜਿਹੜਾ ਸੀਗਾ ਉਹ ਜੀਵਨ ਜਿੰਨਾ ਵੀ ਉਹਨਾਂ ਨੇ ਜੀਵਨ ਬਤੀਤ ਕੀਤਾ ਹੈ ਬਚਪਨ ਤੋਂ ਲੈ ਕੇ ਪਾਰਸ ਪਰਸਿਆਂ ਪਾਰਸ ਹੋ ਗਏ ਭੇਦ ਨਾ ਭੋਰਾ ਮਾਸਾ ਛੋਟੀ ਉਮਰ ਤੋਂ ਲੈ ਕੇ ਜਦੋਂ ਦਮਦਮੀ ਟਕਸਾਲ ਦੇ ਅੰਦਰ ਆਇਆ ਤਾਂ ਘਰਦਿਆਂ ਨੂੰ ਬੇਨਤੀ ਕੀਤੀ ਉਹਨਾਂ ਨੇ ਉਹਨਾਂ ਨੇ ਕਿਹਾ ਵੀ ਮੈਨੂੰ ਜਲਦੀ ਦੇ ਨਾਲ ਟਕਸਾਲ ਦੇ ਵਿੱਚ ਭੇਜ ਦਿਓ ਪਰ ਕੁਰਬਾਨੀ ਨਾ ਮਾਰ ਦਿਓ ਵਿੱਚ ਵੀ ਨਾ ਜਾਵੇ। ਖਾਲਸਾ ਜੀ ਜਿੰਨੇ ਸਮੇਂ ਤੋਂ ਲੈ ਕੇ ਦਮਦਮੀ ਟਕਸਾਲ ਦੇ ਅੰਦਰ ਮਹਾਂਪੁਰਖ ਆਏ ਆਪਣਾ ਜੀਵਨ ਤਨ ਮਨ ਧਨ ਸਾਰਾ ਜਿਹੜਾ ਹੈ ਟਕਸਾਲ ਨੂੰ ਖਾਲਸਾ ਜੀ ਬਖਸ਼ ਦਿੱਤਾ ਮਨ ਵਿੱਚ ਸਤਿਗੁਰ ਕੇ ਪਾਸ ਤੇ ਸੇਵਕ ਦੇ ਕਾਰਜ ਰਾਜ। ਖਾਲਸਾ ਜੀ ਇਹ ਤਨ ਮਨ ਤੇਰਾ ਸਭ ਗੁਣ ਤੇਰੇ ਖੰਨੀਆਂ ਮੰਨਿਆ ਦਰਸ਼ਨ ਤੇਰੇ ਦਰਸ਼ਨ ਤੇਰੇ ਸੁਰਪ੍ਰਮ ਮੇਰੇ ਨਿਮਕ ਦ੍ਰਿਸ਼ਟ ਪੇਕ ਜੀਵਾ ਅੰਮ੍ਰਿਤ ਨਾਮ ਸੁਣੀ ਦਿਆ ਤੇਰਾ ਕਿਰਪਾ ਕਰੇ ਤਾਂ ਪੀਵਾ ਆਸ ਪਿਆਸ ਦੀ ਕਿਰਕਾ ਤਾਂ ਹੀ ਜਿਉਂ ਚਾਹ ਤੱਕ ਬੁੰਦੇ ਰੇ ਕਹੋ ਨਾਨਕ ਜਿਹੜਾ ਬਲਹਾਰੀ ਦੇ ਉਹ ਦਰਸ਼ ਪ੍ਰਭ ਮੇਰੇ ਜਿਹਨਾਂ ਮਹਾਂਪੁਰਖਾਂ ਨੇ ਦਰਸ਼ਨ ਕੀਤੇ ਆ। ਖਾਲਸਾ ਜੀ ਉਹ ਬਾਬਾ ਠਾਕਰ ਸਿੰਘ ਜੀ ਜਿਹਨਾਂ ਗੁਰੂ ਦੇ ਦਰਸ਼ਨ ਕੀਤੇ ਆ। ਸੰਤ ਗਿਆਨੀ ਜਰਨੈਲ ਸਿੰਘ ਜੀ ਇੱਕ ਵਾਰ ਬਾਬਾ ਠਾਕਰ ਸਿੰਘ ਜੀ ਜਾਂਦੇ ਸੀ ਤੇ ਕਹਿੰਦੇ ਵੀ ਜੇ ਕਿਸੇ ਨੇ ਦਰਸ਼ਨ ਰੱਬ ਦੇ ਕਰਨੇ ਆ ਨਾ ਉੱਠ ਕੇ ਬਾਬਾ ਠਾਕਰ ਸਿੰਘ ਜੀ ਦੇ ਕਰ। ਜੋ ਕਵਿਤਾ ਦੇ ਵਿੱਚ ਬਿਆਨ ਕੀਤਾ ਹੈ ਮਹਾਂਪੁਰਖਾਂ ਦਾ ਸਾਰਾ ਜੀਵਨ ਆਪ ਸਾਰੀ ਸੰਗਤ ਸਰਵਣ ਕਰੋ। ਜੋ ਮਹਾਂਪੁਰਖਾਂ ਨੇ ਆਪਣਾ ਜੀਵਨ ਦਮਦਮੀ ਟਕਸਾਲ ਦੇ ਵਿੱਚ ਬਤੀਤ ਕੀਤਾ ਜੋ ਜੋ ਉਹਨਾਂ ਨੇ ਘਾਲਣਾ ਘਾਲੀਆਂ ਛੋਟੇ ਸਮੇਂ ਤੋਂ ਲੈ ਕੇ ਖਾਲਸਾ ਜੀ ਆਉਂਦੇ ਸਮੇਂ ਤੱਕ ਜਿੰਨੀ ਦੇਰ ਤੱਕ ਉਹ ਸੱਚਖੰਡ ਚ ਨਹੀਂ ਗਏ ਓਨੀ ਦੇਰ ਤੱਕ ਉਹ ਬਚਪਨ ਤੋਂ ਲੈ ਕੇ ਖਾਲਸਾ ਜੀ ਆਪਣੇ ਸੱਚਖੰਡ ਗਮਨ ਕਰਨ ਤੱਕ ਆਪਣੇ ਟਕਸਾਲ ਦੇ ਜੱਥੇ ਦੇ ਵਿੱਚ ਸਿੰਘਾਂ ਦੀ ਸੇਵਾ ਇਵੇਂ ਕੀਤੀ ਜਿੱਦਾਂ ਮਾਂ ਆਪਣੇ ਬੱਚਿਆਂ ਦੀ ਕਰਦੀ। ਉਹਨਾਂ ਦਾ ਜੀਵਨ ਦਮਦਮੀ ਟਕਸਾਲ ਦੇ ਵਿਦਿਆਰਥੀ ਹਰਚੰਦ ਸਿੰਘ ਰੁੰਡੇ ਬੁੱਟੀਏ ਦੀ ਕਲਮਨੀ ਇਹ ਇਉਂ ਬਿਆਨ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਜਨਮ ਧਾਰ ਕੇ ਆਏ ਬਾਲਕ ਰੂਪ ਹੈ ਸੰਤਾਂ ਵਰਗਾ ਸਭ ਨੂੰ ਦਾਈ ਬਤਾਏ ਝੂਠ ਨਾ ਜਾਣੋ ਮੇਰਾ ਪੋਰਾ ਸੱਚੀ ਗੱਲ ਬਤਾਨੀ ਤਨ ਤਨ ਬਾਬਾ ਠਾਕੁਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਕੌਣ ਗੱਲ ਵਿਚਾਰੇ ਕਤਕ ਮਹੀਨੇ ਪੁੰਨਿਆ ਵਾਂਗੂ ਚੰਨ ਪਿਆ ਚਮਕਾ ਮਾਰੇ ਮੈਂ ਖਿਲਾਰ ਦੇ ਪੇਗਾ ਜੋ ਰਾਤ ਦੀ ਰਾਣੀ ਤਨ ਤਨ ਬਾਬਾ ਠਾਕੁਰ ਸਿੰਘ ਜੀ ਪੂਰੇ ਨੇ ਬ੍ਰਹਮ ਗਿਆਨੀ ਬਾਲਕ ਰੂਪ ਜਹਾਨੀਆਂ ਦੇ ਨਾਲ ਐਸੀਆਂ ਖੇਡਾਂ ਪਾਠੀ ਪਾਠਨ ਕਰ ਦੇ ਪੈਸੇ ਦੇ ਵੱਲ ਮੁਖ ਨਹੀਂ ਕੀਤਾ ਭਾਈ ਦੇ ਜਵਾਨੀ ਤਨ ਤਨ ਬਾਬਾ ਠਾਕੁਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਮਾਤਾ ਪਿਤਾ ਨੂੰ ਬੇਨਤੀ ਕੀਤੀ ਮੈਂ ਸੰਤਾਂ ਕੋ ਜਾਣਾ ਘਰ ਬਾਰ ਹੈ ਉੱਥੇ ਮੇਰਾ ਉਹੀ ਅਸਲ ਟਿਕਾਣਾ ਭੇਜ ਦੋ ਮੈਨੂੰ ਜਲਦੀ ਕੋਈ ਨਾ ਮਾਰੇ ਪਾਣੀ ਤਨ ਤਨ ਬਾਬਾ ਠਾਕੁਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਮਨ ਵੇਚ ਕੇ ਸੰਤਾਂ ਤਾਈ ਮਨ ਵੇਚ ਕੇ ਸੰਤਾਂ ਤਾਈ ਭਰਤੀ ਤਨ ਕਰਵਾਇਆ ਸੰਤ ਬੋਲ ਕੇ ਦੱਸਦੇ ਸਭ ਨੂੰ ਨਵਾਂ ਪਤੰਗੀ ਆਇਆ ਸੇਵਾ ਸਿਮਰਨ ਕਰਦਾ ਤਨ ਤਨ ਬਾਬਾ ਠਾਕੁਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਪਾਰਸ ਪਰਸਿਆਂ ਪਾਰਸ ਹੋ ਗਏ ਭੇਦ ਨਾ ਭੋਰਾ ਮਾਸਾ ਸੇਵਾ ਸਿਮਰਨ ਕਰਦਾ ਰਹਿੰਦਾ ਮੈਂ ਸੰਤਾਂ ਦਾ ਦਾਸਾ ਪਾਣੀ ਦੇ ਸੰਗ ਪਾਣੀ ਮਿਲ ਗਿਆ ਕੋ ਨਾ ਸਕੇ ਪਛਾਨੀ ਤਨ ਤਨ ਬਾਬਾ ਠਾਕੁਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ
संत ज्ञानी जरनैल सिंह जी सब नूं बताउंदे उठ के कर लो दर्शन सारे रूप रब दा आउंदे आन बुढ़ापा सिर ते चढ़ गया ओ नसकी जवानी तन तन बाबा ठाकुर सिंह जी पूरन ब्रह्म ज्ञानी देश विदेश जाके उन्ना कई डुब ਸਭ ਗਲੀਆਂ ਦੇ ਕੱਖ ਆਖਦੇ ਚੰਦ ਵੀ ਆਖਦਾ ਬਾਕੀ ਨਿੰਦਕ ਸਾਰੇ ਡੁੱਬ ਜਾਣਗੇ ਕੋਈ ਨੀ ਰਹਿਣਾ ਕੀ ਹਰੂਏ ਹਰੂਏ ਤੇਰੇ ਜਾਣਗੇ ਜਿਹੜੇ ਪੜਦੇ ਬਾਬਾ ਠਾਕੁਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਬਾਬਾ ਠਾਕੁਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਕਈਆਂ ਸਾਡੇ ਵੀਰਾਂ ਨੂੰ ਨਾ ਬੜੀ ਤੰਗੀ ਹੁੰਦੀ ਹੈ ਜਦੋਂ ਪੂਰਨ ਬ੍ਰਹਮ ਗਿਆਨੀ ਕਿਹਾ ਜਾਂਦਾ ਨਾ ਉਦੋਂ ਤੰਗੀ ਹੁੰਦੀ ਉਹਨਾਂ ਨੂੰ ਨਾਸਤ ਬੰਦੇ ਜਿਹੜੇ ਨਾਸਤ ਮਨੁੱਖ ਬੰਦੇ ਉਹਨਾਂ ਨੂੰ ਤੰਗੀ ਹੁੰਦੀ ਆ ਪੂਰਨ ਕਹਿਣ ਦੇ ਨਾਲ ਮੇਰੇ ਪਾਤਸ਼ਾਹ ਕਹਿੰਦੇ ਜਿਹੜਾ ਪੂਰਾ ਉਹਦੇ ਬਾਰੇ ਪੂਰਾ ਹੀ ਕਿਹਾ ਜਾਣਾ ਪੂਰਾ ਪ੍ਰਭ ਅਰਾਧੇ ਆ ਪੂਰਾ ਜਾਗ ਕਾ ਨਾਉ ਨਾਨਕ ਨੇ ਪੂਰਾ ਪਾਇਆ ਪੂਰੇ ਜੇ ਗਾਉਣੇ ਤੇ ਪੂਰੇ ਦੇ ਗੁਣ ਗਾਇਓ ਅਧੂਰੇ ਦੇ ਗੁਣ ਨਾ ਗਾਇਓ ਮੇਰਾ ਬਾਬਾ ਠਾਕੁਰ ਸਿੰਘ ਜੀ ਪੂਰੇ ਸੀ ਇਹ ਜਿਹੜੀ ਕਵਿਤਾ ਲਿਖੀ ਇਹਨੇ 8 ਸਾਲ ਪਹਿਲਾਂ ਲਿਖੀ 8 ਸਾਲ ਪਹਿਲਾਂ 8 ਸਾਲ ਪਹਿਲਾਂ ਇਹ ਕਵਿਤਾ ਲਿਖੀ ਹੈ ਤੇ ਬੰਬੇ ਲਿਖੀ ਹੈ ਖਾਲਸਾ ਜੀ ਰਾਤ ਨੂੰ ਸੰਗਤ ਨੇ ਬੇਨਤੀ ਕੀਤੀ ਭਾਈ ਸਾਹਿਬ ਇੰਨੀਆਂ ਕਵਿਤਾ ਸੁਣਾਉਂਦੇ ਇੰਨੀਆਂ ਲਿਖ ਦਿਓ ਇੱਕ ਬਾਬਾ ਠਾਕੁਰ ਸਿੰਘ ਜੀ ਵੀ ਕਵਿਤਾ ਲਿਖੋ ਰਾਤ ਨੂੰ ਆ ਕੇ ਮੈਂ ਕੀਰਤਨ ਸੁਰੂ ਦੀ ਗੁਰਬਾਣੀ ਦਾ ਪਾਠ ਕਰਕੇ ਤੇ ਲੰਮਾ ਪੈ ਗਿਆ ਮਹਾਂਪੁਰਖਾਂ ਦੀ ਫੋਟੋ ਕੰਧ ਦੇ ਨਾਲ ਲੱਗੀ ਅਰਦਾਸ ਬੇਨਤੀ ਕੀਤੀ ਤੇ ਕਿਹਾ ਮਹਾਂਪੁਰਖੋ ਕਿਰਪਾ ਕਰੋ ਤੁਹਾਡੇ ਜੀਵਨ ਬਾਰੇ ਮੈਨੂੰ ਪੂਰਾ ਗਿਆਨ ਨਹੀਂ ਆਪ ਕਿਰਪਾ ਕਰਕੇ ਕਵਿਤਾ ਲਿਖਵਾ ਦਿਓ ਅਜੇ ਮੈਂ ਸੁੱਤਾ ਹੀ ਤੇ ਕਹਿੰਦੇ ਮਹਾਂਪੁਰਖ ਭਾਈ ਭਚੰਗੀਆ ਜੀ ਕਵਿਤਾ ਲਿਖਣੀ ਤੇ ਉੱਠ ਕੇ ਲਿਖ ਲਾ ਮੈਂ ਕਿਹਾ ਮੈਨੂੰ ਜੀਵਨ ਦਾ ਪਤਾ ਨਹੀਂ ਮਹਾਂਪੁਰਖਾਂ ਦਾ ਬਚਨ ਸੀ ਵੀ ਕਲਮ ਫੜ ਲਾ ਕਵਿਤਾ ਆਪੇ ਲਿਖੀ ਜਾਣੀ ਮੈਂ ਨੀ ਕਵਿਤਾ ਲਿਖੀ ਹੈ ਮਹਾਂਪੁਰਖਾਂ ਨੇ ਲਿਖਵਾਈ ਹੈ ਮੈਂ ਮਹਾਰਾਜ ਜੀ ਦੇ ਵਿੱਚ ਕਹਿ ਰਿਹਾ ਇਹ ਮਹਾਂਪੁਰਖਾਂ ਨੇ ਆਪ ਖੁਦ ਲਿਖਵਾਈ ਹੈ ਮੈਨੂੰ ਮਾਤਾ ਜੀ ਦੇ ਨਾਂ ਦਾ ਨਹੀਂ ਸੀ ਪਤਾ ਕਿ ਮਾਤਾ ਪ੍ਰੇਮ ਕੌਰ ਹੈ ਜਿਹੜੇ ਗੁਰਮੁਖ ਪਿਆਰੇ ਕਾਵ ਨੂੰ ਜਾਣਦੇ ਨੇ ਨਾ ਇੱਕ ਕੰਨਾ ਵੱਧ ਪੈ ਜਾਵੇ ਨਾ ਮੇਰੇ ਪਾਤਸ਼ਾਹ ਨੇ ਤਾਂ ਹੀ ਬਚਨ ਕੀਤਾ ਪਾਤਾਲਾ ਪਾਤਾਲ ਲੱਗ ਜੇ ਉੱਥੇ ਪਤਾਲਾ ਪਤਾਲ ਵੀ ਕਿਹਾ ਜਾ ਸਕਦਾ ਸੀ ਪਰ ਕਾਵ ਨੂੰ ਪੂਰਿਆ ਕਰਨ ਲੱਗੇ ਬਾਬੇ ਨਾਨਕ ਨੇ ਪਾਤਾਲਾ ਪਾਤਾਲ ਲੱਗ ਤਾਂ ਕਿਹਾ ਕੰਨਾ ਲਾਇਆ ਉਹਨੇ ਮਾਤਰਾ ਪੂਰੀ ਕੀਤੀ ਹੈ ਜੇ ਮਾਤਾ ਪ੍ਰੇਮ ਕੌਰ ਦੀ ਜਗ੍ਹਾ ਹੋਰ ਕੋਈ ਨਾ ਹੁੰਦਾ ਤੇ ਹੋ ਸਕਦਾ ਕਾਵ ਚ ਫਰਕ ਪੈ ਸਕਦਾ ਸੀ ਪਰ ਜਦੋਂ ਮੈਂ ਸਵੇਰੇ ਬਾਬਾ ਸੰਤ ਬਾਬਾ ਹਰਨਾਮ ਸਿੰਘ ਜੀ ਉਹਨਾਂ ਨੂੰ ਪੁੱਛਿਆ ਮੈਂ ਕਿਹਾ ਮਹਾਂਪੁਰਖੋ ਬਾਬਾ ਠਾਕੁਰ ਸਿੰਘ ਜੀ ਉਹਨਾਂ ਦੇ ਮਾਤਾ ਦਾ ਨਾਂ ਕੀ ਸੀ ਮਹਾਂਪੁਰਖ ਕਹਿੰਦੇ ਹਰਜੰਤ ਸਾਹਿਬ ਨੂੰ ਅਜੇ ਤੱਕ ਪਤਾ ਨਹੀਂ ਮੈਂ ਕਿਹਾ ਨਹੀਂ ਮਹਾਂਪੁਰਖੋ ਮੈਨੂੰ ਨਹੀਂ ਪਤਾ ਮਹਾਂਪੁਰਖ ਕਹਿੰਦੇ ਮਾਤਾ ਪ੍ਰੇਮ ਕੌਰ ਤੇ ਮੈਂ ਕਿਹਾ ਲਓ ਕਵਿਤਾ ਬਣ ਗਈ ਮਾਤਾ ਪ੍ਰੇਮ ਕੌਰ ਦੀ ਕੁੱਖੋਂ ਜਨਮ ਧਾਰ ਕੇ ਆਏ ਬਾਲਕ ਨੂੰ ਮੈਂ ਸੰਤਾਂ ਵਰਗਾ ਸਮਝਦਾ ਹੀ ਮੈਂ ਖਿਲਾਰ ਦੇ ਪਏ ਨੇ ਤਾਂ ਜਿਉਂ ਰਾਤ ਦੀ ਰਾਣੀ ਧੰਨ ਧੰਨ ਬਾਬਾ ਠਾਕੁਰ ਸਿੰਘ ਜੀ ਪੂਰਨ ਬ੍ਰਹਮ ਗਿਆਨੀ ਜਿਨ੍ਹਾਂ ਨੂੰ ਦਰਦ ਦੀ ਹੋਵੇ ਨਿੰਦਕ ਸਾਰੇ ਡੁੱਬ ਜਾਣਗੇ ਹਰ ਵੀ ਤਿਰ ਜਾਣਗੇ ਜਿਹੜੇ ਪੜਦੇ ਬਣ ਨਿੰਦਕਾਂ ਨੇ ਡੁੱਬਣਾ ਖਾਲਸਾ ਜੀ ਸ਼੍ਰੀ ਜਥਾ ਨੇ ਪਰ ਤੁਸੀਂ ਬਖਸ਼ਿਸ਼ ਕੀਤੀ ਆ ਤੁਹਾਡੀ ਰਹਿਮਤ ਆ ਬੋਲਣ ਦੀ ਸ਼ਕਤੀ ਤੁਸੀਂ ਦੇਣੀ ਆ ਅਰਦਾਸ ਕਰਿਓ ਕਿ ਦਮਦਮੀ ਟਕਸਾਲ ਦਾ ਇੱਕ ਜਥਾ ਤੀਸਰੀ ਜਥਾ ਵੀ ਜਿਹੜਾ ਉਹ ਪ੍ਰਗਟ ਹੋ ਜਾਵੇ ਪ੍ਰਗਟ ਹੋਈ ਜਿਹੜੀ ਚੀਜ਼ ਆ ਉਹ ਖਤਮ ਨਹੀਂ ਹੁੰਦੀ ਮੈਂ ਤਾਂ ਕਿਹਾ ਇਸ ਕਰਕੇ ਖਾਲਸਾ ਜੀ ਦਮਦਮੀ ਟਕਸਾਲ ਦੇ ਵਿੱਚ ਵਿਦਿਆਰਥੀ ਕਥਾ ਵਾਚਕ ਕੀਰਤਨੀਏ ਬੇਅੰਤ ਪੈਦਾ ਕੀਤੇ ਆ ਕਵੀ ਵੀ ਪੈਦਾ ਕੀਤੇ ਪਰ ਖਾਲਸਾ ਜੀ ਜੋ ਤੁਸੀਂ ਦਾਤ ਦੇਣੀ ਆ ਤੁਹਾਡੇ ਕੋਲੋਂ ਮਿਲਣੀ ਮੇਰੇ ਪਾਤਸ਼ਾਹ ਦੇ ਕੋਲੋਂ ਮਿਲਣੀ ਆ ਹੋਰ ਕਿਹਦੇ ਨਹੀਂ ਮਿਲ ਸਕਦੀ ਪ੍ਰਚਾਰਕ ਤੁਸੀਂ ਬਣਾਉਣਾ ਕਥਾ ਵਾਚਕ ਤੁਸੀਂ ਬਣਾਉਣਾ ਕੀਰਤਨ ਤੁਸੀਂ ਬਣਾਉਣਾ ਖਾਲਸਾ ਜੀ ਇਹ ਤੁਹਾਡੇ ਕੋਲ ਦਾਤ ਹੈ ਅਰਦਾਸ ਕਰਿਓ ਕਿ ਪਾਤਸ਼ਾਹ ਦੇ ਚਰਨਾਂ ਚ ਜੱਥਾ ਜਿਹੜਾ ਚੜ੍ਹਦੀ ਕਲਾ ਦੇ ਨਾਲ ਸੁੰਦਰ ਕਵਿਤਾ ਲਿਖੇ
और सुंदर कविता गावे प्रचार करती कला दे नाल करे महापुरखां दा आशीर्वाद होवे ते खालसा जी सदा दिन दुगनी रात दुगनी तरक्की करांगे जतन करांगे खालसा जी पर तुहाडे आशीर्वाद तों बगैर नहीं कुछ भी कर सकदे तुसीं आशीरवाद दिओ अरदास बेनती करियो कलगीधर पातशाह दे चरणा विच के खालसा जी कलगीधर पातशाह हे महाराज कृपा करके इन्हां नूं चंगी कलम बख्शियो चंगा लिखना बख्शियो आपां कलम दे विच ओह लिखणे जिहड़ा इक ओंकार नानक सीपी सच तक जिहड़ा शब्द है जिहड़ा ओहदे विच आ जावे खालसा जी ओह लिखांगे वध नहीं लिखांगे किसी निंदिया नहीं करांगे अरदास विच इह वी करियो कि ना किसी दी निंदिया लिखी जावे ना निंदिया बोली जावे जे किसे दा बोलना ते पूरे करके सब कुछ पूरा घट वध करे अरदास करो महाराज जी चरणा विच खालसा जी जथे दी इन्हां बच्चों के सिर ते मेरा भरिया हाथ रखो महाराज अरदास बेनती करो नवा जत्था है नवीआं कविता ने नवे प्रचारक ते नवे गाउण वाले है होईआं भुलागतियां की माफी मंगदे आ आप हुण जिहड़ा जत्था गाउण लगा है ना कहिंदे जोगी दी पीस ते गाउणी दे सुरूप सहिंदी जोड़ियां ते जोड़ी तन मोहण दी ਉਹਨਾਂ ਦੇ ਸੁਪੁੱਤਰ ਭਾਈ ਸਰੂਪ ਸਿੰਘ ਹੋਣਾ ਦੇ ਭਾਈ ਭਗਵੰਤ ਭਗਵਾਨ ਸਿੰਘ ਜਿਨ੍ਹਾਂ ਨੂੰ ਕੌਣ ਨਹੀਂ ਜਾਣਦਾ ਇਸ ਸੰਸਾਰ ਤੇ ਉਹਨਾਂ ਦੇ ਪਾਸੋਂ ਆਪ ਖਾਲਸਾ ਜੀ ਅਗਲਾ ਸਮਾਂ ਜਿਹੜਾ ਉਹ ਲਾਉਣਗੇ ਸਾਨੂੰ ਤੇ ਸਹੀ ਪੁੱਛੋ ਤੇ ਬੋਲਣਾ ਵੀ ਨਹੀਂ ਆਉਂਦਾ ਜੋ ਅੰਮ੍ਰਿਤ ਸੰਚਾਰ ਦੀ ਤੁਸੀਂ ਸੇਵਾ ਬਖਸ਼ੀ ਉਹ ਕਰਦੇ ਹਾਂ ਅਰਦਾਸ ਕਰਿਓ ਕਿ ਸਾਨੂੰ ਵੀ ਬੋਲਣਾ ਆ ਜਾਵੇ ਤੇ ਗੁਰਗਿਆਂ ਨੂੰ ਬੁਲਾਉਂਦੇ ਹੋ ਤੇ ਸਾਡਾ ਵੀ ਕਿਤੇ ਭਲਾ ਹੋ ਜਾਵੇ ਆਪਾਂ ਵੀ ਬੋਲ ਲਈਏ ਅਰਦਾਸ ਕਰਿਓ ਕਲਗੀ ਕਰਪਾਤਸ਼ਾਹ ਦੇ ਚਰਨਾਂ ਦੇ ਅੰਦਰ ਆਓ ਸਾਰੇ ਸੱਚੇ ਬੁਲਾਈਏ ਅਗਲਾ ਸਮਾਂ ਸਟੇਜ ਸੱਚੇ ਦੱਸਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਬਹੁਤ ਧੰਨਵਾਦ ਭਾਈ ਹਰਚੰਦ ਸਿੰਘ ਜੀ ਦਾ